ਇਹਦੇ ਨਾਲ ਕੀ ਫਰਕ ਪੈਣਾ ਹੈ? ਇੱਕ ਘਰ ਦੇ ਵਿੱਚ ਪਏ ਗੈਸ ਸਿਲੰਡਰ 'ਚ ਅਚਾਨਕ ਬਲਾਸਟ ਹੋਇਆ, ਜਿਸ ਦੇ ਕਾਰਨ ਘਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੌਕੇ ਦੇ ਉੱਤੇ ਭੱਜ ਕੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਗਈ ਹੈ ਅਤੇ ਇਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਭਿਆਨਕ ਅੱਗ ਘਰ ਨੂੰ ਲੱਗੀ ਹੋਈ ਹੈ ਅਤੇ ਅੱਗ ਦੀਆਂ ਉੱਠ ਰਹੀਆਂ ਉੱਚੀ ਉੱਚੀ ਲਪਟਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਅੱਗ ਕਿੰਨੀ ਭਿਆਨਕ ਰਹੀ ਹੋਵੇਗੀ। ਹਾਲਾਂਕਿ ਮੌਕੇ 'ਤੇ ਹੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਅਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚਦੀਆਂ ਨੇ ਅਤੇ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ। ਕਿਹਾ ਜਾ ਰਿਹਾ ਕਿ ਜਿਸ ਘਰ ਦੇ ਵਿੱਚ ਅੱਗ ਲੱਗੀ ਉਸਦੇ ਨਾਲ ਕਈ ਦੁਕਾਨਾਂ ਵੀ ਨੇ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਹੜਕੰਪ ਮੱਚ ਜਾਂਦਾ। ਹਰ ਕੋਈ ਮੌਕੇ ਦੇ ਉੱਤੇ ਪਹੁੰਚਦਾ ਅਤੇ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਤਾਂ ਕਿਹਾ ਜਾ ਰਿਹਾ ਕਿ ਕੜੀ ਮੁਸ਼ਕਤ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਤਾਂ ਪਟਿਆਲਾ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ, ਜਿੱਥੇ ਕਿ ਇੱਕ ਘਰ 'ਚ ਪਏ ਗੈਸ ਸਿਲੰਡਰ ਦੇ ਵਿੱਚ ਬਲਾਸਟ ਹੋਇਆ। ਬਲਾਸਟ ਇੰਨਾ ਭਿਆਨਕ ਸੀ ਕਿ ਕਿਹਾ ਜਾ ਰਿਹਾ ਕਿ ਘਰ ਦੀਆਂ ਕੰਧਾਂ ਤੱਕ ਹਿੱਲ ਗਈਆਂ ਨੇ। ਹਾਲਾਂਕਿ ਘਰ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋਇਆ। ਤਾਂ ਦੱਸ ਦਈਏ ਕਿ ਵੱਡਾ ਨੁਕਸਾਨ ਇਸ ਮਕਾਨ ਮਾਲਕ ਦਾ ਹੋਇਆ, ਕਿਉਂਕਿ ਪੂਰੇ ਹੀ ਘਰ ਦੇ ਵਿੱਚ ਅੱਗ ਲੱਗ ਗਈ, ਸਾਰਾ ਸਮਾਨ ਜਲ ਕੇ ਸਵਾਹ ਹੋਇਆ। ਫਿਲਹਾਲ ਕਿਹਾ ਜਾ ਰਿਹਾ ਕਿ ਮੌਕੇ ਦੇ ਉੱਤੇ ਰੈਸਕਿਊ ਓਪਰੇਸ਼ਨ ਵੀ ਚਲਾਇਆ ਗਿਆ, ਜੋ ਪਰਿਵਾਰ ਦੇ ਜੀ ਅੰਦਰ ਫਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ। ਤਾਂ ਭਿਆਨਕ ਅੱਗ ਇਹ ਪਟਿਆਲਾ ਦੇ ਵਿੱਚ ਲੱਗੀ ਹੈ। ਇਹਦੇ ਨਾਲ ਕੀ ਫਰਕ ਪੈਣਾ ਹੈ? ਇੱਕ ਘਰ ਦੇ ਵਿੱਚ ਪਏ ਗੈਸ ਸਿਲੰਡਰ 'ਚ ਅਚਾਨਕ ਬਲਾਸਟ ਹੋਇਆ, ਜਿਸ ਦੇ ਕਾਰਨ ਘਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੌਕੇ ਦੇ ਉੱਤੇ ਭੱਜ ਕੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਗਈ ਹੈ ਅਤੇ ਇਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਭਿਆਨਕ ਅੱਗ ਘਰ ਨੂੰ ਲੱਗੀ ਹੋਈ ਹੈ ਅਤੇ ਅੱਗ ਦੀਆਂ ਉੱਠ ਰਹੀਆਂ ਉੱਚੀ ਉੱਚੀ ਲਪਟਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਅੱਗ ਕਿੰਨੀ ਭਿਆਨਕ ਰਹੀ ਹੋਵੇਗੀ। ਹਾਲਾਂਕਿ ਮੌਕੇ 'ਤੇ ਹੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਅਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚਦੀਆਂ ਨੇ ਅਤੇ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ। ਕਿਹਾ ਜਾ ਰਿਹਾ ਕਿ ਜਿਸ ਘਰ ਦੇ ਵਿੱਚ ਅੱਗ ਲੱਗੀ ਉਸਦੇ ਨਾਲ ਕਈ ਦੁਕਾਨਾਂ ਵੀ ਨੇ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਹੜਕੰਪ ਮੱਚ ਜਾਂਦਾ। ਹਰ ਕੋਈ ਮੌਕੇ ਦੇ ਉੱਤੇ ਪਹੁੰਚਦਾ ਅਤੇ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਤਾਂ ਕਿਹਾ ਜਾ ਰਿਹਾ ਕਿ ਕੜੀ ਮੁਸ਼ਕਤ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਤਾਂ ਪਟਿਆਲਾ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ, ਜਿੱਥੇ ਕਿ ਇੱਕ ਘਰ 'ਚ ਪਏ ਗੈਸ ਸਿਲੰਡਰ ਦੇ ਵਿੱਚ ਬਲਾਸਟ ਹੋਇਆ। ਬਲਾਸਟ ਇੰਨਾ ਭਿਆਨਕ ਸੀ ਕਿ ਕਿਹਾ ਜਾ ਰਿਹਾ ਕਿ ਘਰ ਦੀਆਂ ਕੰਧਾਂ ਤੱਕ ਹਿੱਲ ਗਈਆਂ ਨੇ। ਹਾਲਾਂਕਿ ਘਰ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋਇਆ। ਤਾਂ ਦੱਸ ਦਈਏ ਕਿ ਵੱਡਾ ਨੁਕਸਾਨ ਇਸ ਮਕਾਨ ਮਾਲਕ ਦਾ ਹੋਇਆ, ਕਿਉਂਕਿ ਪੂਰੇ ਹੀ ਘਰ ਦੇ ਵਿੱਚ ਅੱਗ ਲੱਗ ਗਈ, ਸਾਰਾ ਸਮਾਨ ਜਲ ਕੇ ਸਵਾਹ ਹੋਇਆ। ਫਿਲਹਾਲ ਕਿਹਾ ਜਾ ਰਿਹਾ ਕਿ ਮੌਕੇ ਦੇ ਉੱਤੇ ਰੈਸਕਿਊ ਓਪਰੇਸ਼ਨ ਵੀ ਚਲਾਇਆ ਗਿਆ, ਜੋ ਪਰਿਵਾਰ ਦੇ ਜੀ ਅੰਦਰ ਫਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ। ਤਾਂ ਭਿਆਨਕ ਅੱਗ ਇਹ ਪਟਿਆਲਾ ਦੇ ਵਿੱਚ ਲੱਗੀ ਹੈ।